पंजाब च बारी सूबियां तो झोना लिया के इत्थे सस्ते मुल ते बेचण दे मामले सामने आ रहे ने। इसे तरह खन्ना च CBSE दे चेयरमैन राकेश सिंगला ने एक गोदाम च अचनचेत छापेमारी की, जिस बारे जानकारी दिंदे उन्होंने दस्या कि मंत्री नूं किसे ने शिकायत की सी कि खन्ना च कई व्यक्ति यूपी जां फिर किसी होर स्टेट तो सस्ते भा ते झोना लिया के बेच रहे ने। इस दौरान बारली स्टेट तो आई 3399 बोरियां झोने दियां भरियां ते 2600 खाली बोरियां बरामद कीतियां गईयां ने। उन्हें दस्या कि गोदाम चेक करने तो बाद इस तरह लगता कि इत्थे 10,000 दे करीब झोने दियां बोरियां आईयां होणगियां। उन्हें दस्या कि यूपी तो 1,000 तो लैके 1200 रुपए तक एक क्विंटल झोने का मिल जाता है। इस तो बाद ए लोग उत्थों लैके आईयां बोरियां चो झोना बाहर कढ ट्रालियां राही मंडी च ले जा के 1800 रुपए क्विंटल बेच 500 रुपए तो 600 रुपए कमाई करते ने। ਸਾਡੇ ਮਾਣਯੋਗ ਖੁਰਾਕ ਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਬਹੁਤ ਸ਼ਿਕਾਇਤਾਂ ਮਿਲੀਆਂ ਸੀਗੀਆਂ, ਪ੍ਰੈਸ 'ਚ ਵੀ ਤੁਸੀਂ ਪੜ੍ਹਿਆ ਹੋਣਾ ਕਿ ਬਾਹਰਲੇ ਰਾਜਾਂ ਤੋਂ ਜਿਹੜਾ ਝੋਨਾ ਸਸਤੇ ਭਾਅ 'ਤੇ ਲਿਆ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੇਚਿਆ ਜਾ ਰਿਹਾ ਅਤੇ ਧੋਖਾਧੜੀ ਕਰਕੇ ਮੁਨਾਫਾ ਕਮਾਇਆ ਜਾ ਰਿਹਾ। ਉਹਦੇ ਤਹਿਤ ਅੱਜ ਮੰਤਰੀ ਜੀ ਕਿਸੇ ਨੇ ਸ਼ਿਕਾਇਤ ਕੀਤੀ ਸੀ ਵੀ ਖੰਨਾ ਦੇ ਵਿੱਚ ਗੋਦਾਮ ਹੈ, ਉੱਥੇ ਬੰਦਾ ਵਪਾਰ ਕਰ ਰਿਹਾ, ਬਾਹਰੋਂ ਝੋਨਾ ਲਿਆ ਕੇ ਝੋਨਿਆਂ ਗੋਦਾਮ 'ਚ ਸਟੋਰ ਕਰਕੇ ਉਹਨੂੰ ਟਰਾਲੀਆਂ ਰਾਹੀਂ ਅੰਦਰ ਬੋਰੀਆਂ 'ਚੋਂ ਝੋਨਾ ਕੱਢ ਕੇ ਟਰਾਲੀਆਂ 'ਚ ਪਾ ਕੇ ਮੰਡੀਆਂ 'ਚ ਵੇਚ ਰਿਹਾ। ਉਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਹਾਂ, ਗੋਦਾਮ ਚੈੱਕ ਕੀਤਾ, ਮੌਕੇ 'ਤੇ ਸਾਨੂੰ ਗੋਦਾਮ ਦੱਸਿਆ ਵੀ ਇਹ ਕਿਸੇ ਰੋਹਿਤ ਜੈਨ ਨਾਂ ਦੇ ਬੰਦੇ ਨੇ ਕਿਰਾਏ 'ਤੇ ਲਿਆ ਹੋਇਆ। ਜਦੋਂ ਗੋਦਾਮ ਨੂੰ ਖੁਲਾ ਕੇ ਦੇਖਿਆ ਗਿਆ ਤਾਂ ਗੋਦਾਮ ਦੇ ਵਿੱਚ ਲਗਭਗ ਇਸ ਟਾਈਮ 3399 ਬੋਰੀਆਂ ਝੋਨੇ ਦੀਆਂ ਭਰੀਆਂ ਹੋਈਆਂ ਪਈਆਂ ਅਤੇ ਝੋਨਾ ਜਿੱਦਾਂ ਖਿਲ ਰਿਹਾ ਪਿਆ ਅਤੇ ਹੋਰ ਚੱਕਿਆਂ ਦੇ ਨਿਸ਼ਾਨ ਉੱਥੋਂ ਸਾਫ਼ ਜ਼ਾਹਰ ਹੁੰਦਾ ਵੀ ਘੱਟੋ ਘੱਟ 10,000 ਬੋਰੀ ਦਾ ਇਹ ਬੰਦਾ ਇੱਥੋਂ ਲਿਆ ਕੇ ਵਪਾਰ ਕਰ ਚੁੱਕਾ ਹੈ। ਇਸ ਤੋਂ ਇਲਾਵਾ 2600 ਬੋਰੀ ਖਾਲੀ ਵੀ ਪਈ ਹੈ, ਇਹਦਾ ਮਤਲਬ ਵੀ ਖਾਲੀ ਬੋਰੀ ਝੋਨਾ ਖਾਲੀ ਕਰਕੇ ਖਾਲੀ ਬੋਰੀਆਂ ਇੱਥੇ ਪਈਆਂ ਰਹਿ ਗਈਆਂ। ਇੱਥੇ ਕੰਡਾ ਵੀ ਪਿਆ, ਇੱਕ ਪੱਖਾ ਵੀ ਪਿਆ। ਇਹ ਕਰਦੇ ਕੀ ਹੈ, ਝੋਨਾ ਲਿਆ ਕੇ ਬਾਹਰੋਂ ਜਿਵੇਂ ਯੂਪੀ ਜਾਂ ਬਿਹਾਰ ਤੋਂ 1200-1300 ਰੁਪਏ ਦਾ ਝੋਨਾ ਮਿਲ ਜਾਂਦਾ, ਪੰਜਾਬ ਦੀਆਂ ਮੰਡੀਆਂ ਦੇ ਵਿੱਚ 1800 ਰੁਪਏ 1880 ਰੁਪਏ ਨੂੰ MSP ਰੇਟ 'ਤੇ ਵੇਚ ਦਿੰਦੇ ਆ, 500-600 ਰੁਪਇਆ ਪ੍ਰਤੀ ਕੁਇੰਟਲ ਦਾ ਮੁਨਾਫਾ ਕਮਾ ਰਹੇ ਆ। ਇਹਦੇ ਨਾਲ ਸਰਕਾਰ ਦੇ ਵਿੱਚ CCL ਵੱਧ ਲੈਣੀ ਪੈਂਦੀ ਆ, ਸਾਰੇ ਪ੍ਰਬੰਧ ਵੱਧ ਕਰਨੇ ਪੈਂਦੇ ਆ, ਸਰਕਾਰ ਨੂੰ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਇਹ ਆਪਣੇ ਆੜ੍ਹਤੀਆਂ ਨਾਲ ਰਲ ਕੇ ਕਈ ਸ਼ੈਲਮਾਕਾਂ ਨਾਲ ਰਲ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰ ਰਿਹਾ ਬੰਦਾ। ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਅੱਜ ਇਹਨੂੰ ਪਕੜਿਆ ਅਤੇ ਇਹਦੇ ਉੱਤੇ ਅਗਲੀ ਕਾਰਵਾਈ ਕਰਨ ਲਈ ਅਸੀਂ ਜਿਹੜੇ SHO ਥਾਣਾ ਸਿਟੀ ਨੰਬਰ 1 ਨੇ ਉਹਨਾਂ ਨੂੰ ਲਿਖ ਕੇ ਦੇ ਰਹੇ ਹਾਂ ਇਹਨਾਂ ਦੇ ਪਰਚਾ ਕਰਨ ਲਈ ਅਤੇ ਅੱਗੇ ਤਫਤੀਸ਼ ਕਰਨ ਲਈ ਵੀ ਇਸ ਵਪਾਰ ਦੇ ਵਿੱਚ ਇਹਦੇ ਨਾਲ ਕੌਣ ਕੌਣ ਪਿੱਛੋਂ ਰਲਿਆ ਹੋਇਆ ਅਤੇ ਅੱਗੇ ਇਹਨੇ ਕਿਸ ਕਿਸ ਆੜ੍ਹਤੀ ਨੂੰ ਜਾਂ ਕਿਸ ਕਿਸ ਰਾਈਸ ਮਿਲਰ ਨੂੰ ਇਹਨੇ ਅਗਲੇ ਝੋਨਾ ਵੇਚਿਆ ਅਤੇ ਬੋਕਸ ਬਿਲਿੰਗ ਕਰਵਾਈ ਹੈ ਮੰਡੀਆਂ ਦੀ। ਉਹਦੇ ਵਿੱਚ ਜੀ ਮੈਨੂੰ ਜਿੱਥੋਂ ਤੱਕ ਮੇਰਾ, ਕਿਉਂਕਿ ਉਹਦੇ ਪੁਲਿਸ ਕਾਰਵਾਈ ਕਰ ਰਹੀ ਹੈ ਪਰ ਜਿੱਥੋਂ ਕਿ ਮੇਰੀ ਨੌਲੇਜ ਹੈ ਪੁਲਿਸ ਕਾਫੀ ਹੱਦ ਤੱਕ ਅੱਗੇ ਡੂੰਘਾਈ 'ਚ ਜਾ ਰਹੀ ਹੈ। ਉਹਨਾਂ ਨੇ ਸਾਰੇ ਆੜ੍ਹਤੀਆਂ ਦਾ ਰਿਕਾਰਡ ਮੰਗਿਆ, ਇਕੱਲੇ ਇਕੱਲੇ ਫਾਰਮਰ ਦਾ ਰਿਕਾਰਡ ਮੰਗਿਆ ਵੀ ਜਿਹੜੇ ਆੜ੍ਹਤੀਆਂ ਨੇ ਰਿਕਾਰਡ ਫਾਰਮਰ ਦੇ ਨਾਂ 'ਤੇ ਜ਼ਮੀਨ ਦਿਖਾਈ ਹੈ ਕਿ ਉਹਦੇ ਕੋਲ ਉਹਨਾਂ ਝੋਨਾ ਵੀ ਹੈ ਜਿੰਨੀ ਉਹਨੇ ਆਪਣੀ ਫਸਲ ਮੰਡੀ ਵਿੱਚ ਸੁੱਟੀ ਦਿਖਾਈ ਹੈ। ਉਹਦੀ ਪੁਲਿਸ ਕਾਰਵਾਈ ਕਰ ਰਹੀ ਹੈ ਮਾਛੀਵਾੜਾ ਦੇ ਵਿੱਚ, ਜਿੰਨੇ ਵੀ ਬੰਦੇ ਉਹਦੇ ਵਿੱਚ ਇਨਵੋਲਵ ਹੋਣਗੇ ਰਿਕਾਰਡ ਉਹ ਆਲਰੇਡੀ ਉਹਨਾਂ ਨੇ ਲੈ ਲਿਆ ਸਾਰਿਆਂ ਆੜ੍ਹਤੀਆਂ ਦਾ। ਬਾਕੀ ਜਾਣਕਾਰੀ ਤੁਹਾਨੂੰ ਮਾਛੀਵਾੜਾ ਜਿਹੜਾ SHO ਸੰਬੰਧਿਤ ਉਹ ਦੇ ਸਕਦਾ। ਸਰ ਫਿਲਹਾਲ ਕਿੰਨੀਆਂ ਕੁ ਜਿਹੜੀ ਹੈਗੀ ਬੋਰੀਆਂ ਪਈਆਂ? ਇਹਦੇ ਅੰਦਰ 3399 ਬੋਰੀਆਂ ਪਈਆਂ ਜੀ, ਹਰੇਕ 'ਚ ਲਗਭਗ 40 ਕਿਲੋ ਝੋਨਾ ਜੀ। ਅਤੇ ਜੋ ਉੱਥੇ ਆਪਾਂ ਗੋਦਾਮ ਦੀ ਸਿਚੁਏਸ਼ਨ ਦੇਖੀਏ, ਤੁਸੀਂ ਥੱਲੇ ਨਿਸ਼ਾਨ ਦੇਖੀਏ ਤਾਂ ਘੱਟੋ ਘੱਟ 10,000 ਬੋਰੀਆਂ ਤਾਂ ਇਹ ਘੁਮਾ ਚੁੱਕਾ ਰੜੀ, 10,000 ਬੋਰੀ ਝੋਨੇ ਦੀ। ਇਹਦੇ ਵਿੱਚ ਇਹਦੇ ਝੋਨੇ ਆਪਾਂ ਬੋਰੀਆਂ ਦੇ ਅਸੀਂ ਮਾਰ ਕੇ ਦੇਖੇ ਆ, ਉਹਦੇ ਵਿੱਚ ਮੇਨਲੀ ਯੂਪੀ ਦਾ ਅਤੇ ਹਰਿਆਣੇ ਦੇ ਮਾਰਕੇ ਆ ਬੋਰੀਆਂ ਦੇ ਉੱਤੇ ਲੱਗੇ ਹੋਏ, ਯੂਪੀ ਸਰਕਾਰ ਅਤੇ ਹਰਿਆਣਾ ਸਰਕਾਰ ਦੇ। ਸ਼ੈਲਰ ਮਾਲਕਾਂ ਵੱਲੋਂ ਅਜਿਹਾ ਕਰਨ ਦੇ ਨਾਲ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਰਾਕੇਸ਼ ਸਿੰਗਲਾ ਨੇ ਕਿਹਾ ਕਿ ਪੁਲਿਸ ਨੂੰ ਜਾਂਚ ਕਰ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕਿਸ ਕਿਸ ਆੜ੍ਹਤੀਆਂ ਜਾਂ ਫਿਰ ਸ਼ੈਲਰ ਮਾਲਕਾਂ ਨਾਲ ਰਲ ਕੇ ਜਾਲੀ ਬਿੱਲ ਬਣਾ ਕੇ ਸਰਕਾਰ ਨੂੰ ਰਗੜਾ ਲਾਉਂਦੇ ਨੇ। ਖੰਨਾ ਤੋਂ ਰਵਿੰਦਰ ਢਿੱਲੋਂ ਦੀ ਖਾਸ ਰਿਪੋਰਟ। ਰਮਨ ਕੈਂਸਰ ਸੋਸਾਇਟੀ ਹੁਣ ਆ ਰਹੇ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਉਹ ਕਿਹੜੀ ਬਿਮਾਰੀ ਜਿਹਦਾ ਇਲਾਜ ਨਹੀਂ? 25 ਸਾਲਾਂ ਤੋਂ ਕੈਂਸਰ ਦੇ 90% ਮਰੀਜ਼ਾਂ ਨੂੰ ਕੀਤਾ ਤੰਦਰੁਸਤ। ਰਾਜਪਾਲ ਵੱਲੋਂ ਸਨਮਾਨਿਤ ਡਾਕਟਰ ਹਰਪਿੰਦਰ ਸਿੱਧੂ ਕੋਲ ਹੈ ਹਰ ਬਿਮਾਰੀ ਦਾ ਹੱਲ। ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਨਾਮ, ਰਮਨ ਕੈਂਸਰ ਸੋਸਾਇਟੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।